ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਲਈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਉਹਨਾਂ ਦਾ ਜਿਹੜਾ ਜੀਵਨ ਹੈ ਬਚਪਨ ਉੱਥੇ ਹੀ ਜ਼ਿਆਦਾ ਬਤੀਤ ਹੋਇਆ ਅਨੰਦਪੁਰ ਸਾਹਿਬ। ਸਭ ਤੋਂ ਪਿਆਰੇ ਸਿੱਖ ਉਹ ਬਾਬਾ ਦੀਪ ਸਿੰਘ ਹੋਏ ਹੈ। ਸੁਨਹਿਰਾ ਇਤਿਹਾਸ ਸਾਰੀ ਦੁਨੀਆ ਦਾ ਇਤਿਹਾਸ ਜੇ ਪੜ੍ਹ ਲਈਏ ਤਾਂ ਬਾਬਾ ਦੀਪ ਸਿੰਘ ਜੀ ਵਰਗਾ ਜਿਹੜਾ ਇਤਿਹਾਸ ਹੈ ਉਹਨਾਂ ਦਾ ਜੀਵਨ ਹੈ ਉਹ ਨਹੀਂ ਨਾ ਸੁਣਨ ਨੂੰ ਮਿਲਦਾ ਨਾ ਦੇਖਣ ਨੂੰ ਮਿਲਦਾ। ਚਾਰ ਸਰੂਪ ਹੈ ਹੱਥ ਨਾਲ ਲਿਖੇ, ਉਹ ਚਾਰੇ ਸਰੂਪ ਜਿਹੜੇ ਹੈ ਉਹ ਬਾਬਾ ਦੀਪ ਸਿੰਘ ਜੀ ਨੇ ਲਿਖੇ ਅਤੇ ਉਹ ਸਾਰੇ ਸਾਡੇ ਜਿਹੜੇ ਚਾਰ ਤਖਤ ਹੈ ਉਹਨਾਂ 'ਤੇ ਅੱਜ ਵੀ ਉਸ ਰੂਪ ਦੇ ਜਿਹੜੇ ਲੱਖਾਂ ਸੰਗਤਾਂ ਦਰਸ਼ਨ ਕਰਦੀਆਂ। ਜਗਬਾਣੀ ਪੰਜਾਬ ਕੇਸਰੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ। ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਤੁਸੀਂ ਦੇਖ ਸਕਦੇ ਹੋ ਇੱਥੇ ਮਨਾਇਆ ਜਾ ਰਿਹਾ ਹੈ। ਸੰਗਤਾਂ ਹੁੰਮ ਹੁਮਾ ਕੇ ਇੱਥੇ ਸੰਗਤਾਂ ਜੋ ਪਹੁੰਚ ਰਹੀਆਂ ਨੇ, ਸੰਗਤਾਂ ਦੇ ਵੱਲੋਂ ਅੱਜ ਇੱਥੇ ਗੁਰੂ ਸਾਹਿਬਾਂ ਮੁਰੇ ਨਤਮਸਤਕ ਹੋ ਕੇ ਆਸ਼ੀਰਵਾਦ ਜੋ ਪ੍ਰਾਪਤ ਕੀਤੇ ਜਾ ਰਹੇ ਪਏ ਨੇ। ਸੋ ਇਸ ਵਕਤ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੰਗਤਾਂ ਨੂੰ ਤੁਸੀਂ ਦੇਖ ਸਕਦੇ ਹੋ। ਸੋ ਗੱਲਬਾਤ ਕਰਦੇ ਹਾਂ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਲੋਕਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜਨਮ ਦਿਹਾੜਾ ਮਨਾਇਆ ਜਾ ਰਿਹਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ, ਉਸ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਵੱਡਾ ਦਿਹਾੜਾ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ। ਵੈਸੇ ਪੋਹ ਪਿੰਡ ਜਿਹੜਾ ਜਨਮ ਸਥਾਨ ਹੈ ਬਾਬਾ ਜੀ ਦਾ, ਉੱਥੇ ਦਿਨ ਕੱਲ੍ਹ ਮਨਾ ਲਿਆ ਸ਼੍ਰੋਮਣੀ ਕਮੇਟੀ ਵੱਲੋਂ। ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਮਨਾਇਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ। ਇਸ ਸਥਾਨ 'ਤੇ ਵੀ ਕੱਲ੍ਹ ਦੇ ਸਮਾਗਮ ਚੱਲ ਰਹੇ ਆ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ। ਲੱਖਾਂ ਸੰਗਤਾਂ ਨੇ ਕੱਲ੍ਹ ਅਤੇ ਅੱਜ ਇੱਥੇ ਗੁਰੂ ਘਰ ਬਾਬਾ ਦੀਪ ਸਿੰਘ ਦੇ ਇਸ ਪਾਵਨ ਸਥਾਨ 'ਤੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਬਾਬਾ ਜੀ ਤੋਂ ਆਪਣਾ ਆਸ਼ੀਰਵਾਦ ਲਿਆ। ਬਹੁਤ ਵੱਡਾ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ, ਸੁਨਹਿਰਾ ਇਤਿਹਾਸ। ਅਤੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਜਿੱਥੇ ਇੱਕ ਬਹੁਤ ਵੱਡੇ ਯੋਧੇ ਜਰਨੈਲ, ਉੱਥੇ ਇੱਕ ਬਹੁਤ ਵੱਡੇ ਰਾਈਟਰ ਹੋਏ ਹੈ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਲਈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਉਹਨਾਂ ਦਾ ਜਿਹੜਾ ਜੀਵਨ ਹੈ ਬਚਪਨ ਉੱਥੇ ਹੀ ਜ਼ਿਆਦਾ ਬਤੀਤ ਹੋਇਆ ਅਨੰਦਪੁਰ ਸਾਹਿਬ। ਸੋ ਕਲਗੀਧਰ ਪਾਤਸ਼ਾਹ ਦੇ ਜੇ ਸਭ ਤੋਂ ਪਿਆਰੇ ਸਿੱਖ ਉਹ ਬਾਬਾ ਦੀਪ ਸਿੰਘ ਹੋਏ ਹੈ। ਉਹਨਾਂ 'ਤੇ ਜਿਹੜੀ ਕਿਰਪਾ ਕਲਗੀਧਰ ਪਾਤਸ਼ਾਹ ਨੇ ਕੀਤੀ, ਦੇਖੋ ਨਾ ਇਤਿਹਾਸ ਦੇ ਵਿੱਚ ਬਹੁਤ ਵੱਡੇ ਯੋਧੇ ਜਰਨੈਲ ਜਿਨ੍ਹਾਂ ਨੇ ਹਜ਼ਾਰਾਂ ਜੰਗਾਂ ਲੜੀਆਂ ਉਹ ਧੜ ਦੇ ਨਾਲ, ਅਤੇ ਬਾਬਾ ਦੀਪ ਸਿੰਘ ਇੱਕ ਐਸੇ ਯੋਧੇ ਜਰਨੈਲ ਹੋਏ ਹੈ ਸਪਰਾਂ ਸਿਰ ਤਲੀ 'ਤੇ ਰੱਖ ਕੇ, ਹਾਂ ਸੀਸ ਤਲੀ 'ਤੇ ਧਰ ਕੇ ਉਹਨਾਂ ਨੇ ਆਪਣਾ ਜਿਹੜੀ ਉਹ ਆਖਰੀ ਜੰਗ ਮੁਗਲਾਂ ਦੇ ਖਿਲਾਫ
ਅਬਦਾਲੀ ਦੇ ਨਾਲ ਉਹ ਲੜੀ ਔਰ ਬਹੁਤ ਵੱਡਾ ਸੁਨਹਿਰਾ ਇਤਿਹਾਸ ਸਾਰੀ ਦੁਨੀਆ ਦਾ ਇਤਿਹਾਸ ਜੇ ਪੜ੍ਹ ਲਈਏ ਅਤੇ ਬਾਬਾ ਦੀਪ ਸਿੰਘ ਜੀ ਵਰਗਾ ਜਿਹੜਾ ਇਤਿਹਾਸ ਹੈ ਉਹਨਾਂ ਦਾ ਜੀਵਨ ਹੈ ਉਹ ਨਹੀਂ ਨਾ ਸੁਣਨ ਨੂੰ ਮਿਲਦਾ ਨਾ ਦੇਖਣ ਨੂੰ ਮਿਲਦਾ ਸੋ ਆਓ ਅੱਜ ਆਪਾਂ ਜਿੱਥੇ ਉਹਨਾਂ ਦੇ ਜਨਮ ਦਿਹਾੜੇ ਦੀਆਂ ਮੈਂ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਸਾਰੀਆਂ ਦੇਸ਼ ਦੁਨੀਆ 'ਚ ਵਸਦੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਉੱਥੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਨਵੀਂ ਪੀੜ੍ਹੀ ਨੂੰ ਅੱਜ ਵੀ ਇਹ ਸੰਦੇਸ਼ ਸਾਨੂੰ ਆਪਣੇ ਬੱਚਿਆਂ ਨੂੰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਇਤਿਹਾਸ ਹੈ ਉਹ ਪੜ੍ਹਾਉਣਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਉਹਨਾਂ ਨੂੰ ਦਿਖਾਉਣਾ ਚਾਹੀਦਾ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਜਿਹੜੀ ਸਿੱਖੀ ਹੈ ਉਹ ਇੰਨੀ ਪ੍ਰਫੁੱਲਿਤ ਹੋ ਸਕੇ ਕਿ ਸਾਡੇ ਬੱਚੇ ਵੀ ਉਹ ਜਿਹੜਾ ਰਸਤਾ ਬਾਬਾ ਦੀਪ ਸਿੰਘ ਜੀ ਨੇ ਤਿਆਗ ਵਾਲਾ ਸੇਵਾ ਵਾਲਾ ਭਾਵਨਾ ਵਾਲਾ ਦੀਪ ਸਿੰਘ ਜੀ ਦਾ ਇੱਕ ਯੋਧੇ ਸੀ ਇੱਕ ਜਰਨੈਲ ਸੀ ਇੱਕ ਮਹਾਨ ਉਸੇ ਤਰ੍ਹਾਂ ਇੱਕ ਉਹ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜੇ ਇੱਕ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਵੈ ਕਿ ਜਦੋਂ ਉਹ ਗੁਰਦੁਆਰਾ ਆਪਣਾ ਸੇਵਾ ਕਰ ਰਹੇ ਪਏ ਸੇਵਾ ਨਿਭਾ ਰਹੇ ਪਏ ਸੀ ਇੱਕ ਕੋਲਾ ਮਾਂਜਦੇ ਹੁੰਦੇ ਹੈ ਉਹਦੇ ਵਿੱਚ ਉਹਨੇ ਹੀ ਉਹ ਜੋ ਹੈ ਧਾਰਮਿਕ ਸੁਭਾਅ ਦੇ ਵੀ ਉਹਨੇ ਹੀ ਮਾਲਕ ਸੀਗੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਮੈਨੂੰ ਇਸ ਕੋਲੇ ਦੇ ਵਿੱਚੋਂ ਮੇਰੇ ਰੱਬ ਦੇ ਮੇਰੇ ਈਸ਼ਵਰ ਦੇ ਦਰਸ਼ਨ ਨਹੀਂ ਹੁੰਦੇ ਉਦੋਂ ਤੱਕ ਹੀ ਮੇਰਾ ਜੋ ਮੈਂ ਸਮਝਾਂਗਾ ਕਿ ਇਹ ਮਾਂਜਿਆ ਨਹੀਂ ਗਿਆ ਮੇਰਾ ਮਨ ਨਹੀਂ ਮਾਂਜਿਆ ਗਿਆ ਜਿਹੜਾ ਉਹਨਾਂ ਦਾ ਜੀਵਨ ਬਚਪਨ ਜਿਹੜਾ ਬੀਤਿਆ ਅਨੰਦਪੁਰ ਸਾਹਿਬ ਹਾਂਜੀ ਉਹਨਾਂ ਨੇ ਸਭ ਤੋਂ ਵੱਧ ਸਮਾਂ ਜਿਹੜਾ ਉਹ ਲੰਗਰ ਦੇ ਵਿੱਚ ਸੇਵਾ ਕੀਤੀ ਲੰਗਰ ਦੇ ਵਿੱਚ ਉਹਨਾਂ ਨੇ ਜਿਹੜੇ ਬਰਤਨ ਹੈ ਉਹ ਵੀ ਮਾਂਜੇ ਹੈ ਅਤੇ ਉਹਨਾਂ ਨੇ ਇਤਿਹਾਸ ਵੀ ਲਿਖਿਆ ਭਾਈ ਗੁਰਦਾਸ ਜੀ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੇ ਚਾਰ ਸਰੂਪ ਹੈ ਹੱਥ ਨਾਲ ਲਿਖੇ ਉਹ ਚਾਰੇ ਸਰੂਪ ਜਿਹੜੇ ਹੈ ਉਹ ਬਾਬਾ ਦੀਪ ਸਿੰਘ ਜੀ ਨੇ ਲਿਖੇ ਅਤੇ ਉਹ ਸਾਰੇ ਸਾਡੇ ਜਿਹੜੇ ਚਾਰ ਤਖਤ ਹੈ ਉਹਨਾਂ 'ਤੇ ਅੱਜ ਵੀ ਉਹ ਸਰੂਪ ਦੇ ਜਿਹੜੇ ਲੱਖਾਂ ਸੰਗਤਾਂ ਦਰਸ਼ਨ ਕਰਦੀਆਂ ਉਹ ਸਰੂਪ ਦਾ ਜਿਹੜਾ ਲਿਖਾਈ ਹੈ ਅੱਜ ਦੇ ਇਹ 21ਵੀਂ ਸਦੀ ਦੇ ਵਿੱਚ ਆਪਾਂ ਜੇ ਝਾਤ ਮਾਰੀਏ ਜਿਹੜੇ ਸਰੂਪ ਅੱਜ ਲਿਖੇ ਜਾ ਰਹੇ ਹੈ ਜਾਂ ਜਿਹੜੇ ਅੱਜ ਪ੍ਰਿੰਟ ਹੋ ਰਹੇ ਹੈ ਉਹਨਾਂ ਦੇ 342 ਵਰੇ ਪਹਿਲਾਂ ਜਿਹੜੇ ਸਰੂਪ ਲਿਖੇ ਤੰਤਰ ਬਾਬਾ ਸੁੰਦਰ ਲਿਖਾਈ ਦੇ ਵਿੱਚ ਹਾਂ ਉਹ ਅੱਜ ਵੀ ਉਹ ਸਰੂਪ ਜਿਹੜੇ ਹੈ ਉਹ ਸੁੰਦਰ ਲਿਖਾਈ ਦੇ ਵਿੱਚ ਪ੍ਰਿੰਟਿੰਗ ਨਾਲੋਂ ਵੀ ਸੁੰਦਰ ਲਿਖਾਈ ਉਹਨਾਂ ਦੇ ਹੱਥਾਂ ਦੀ ਲਿਖਾਈ ਇੰਨੀ ਜ਼ਿਆਦਾ ਪ੍ਰਿੰਟਿੰਗ ਨਾਲੋਂ ਵੀ ਸੁੰਦਰ ਹੈ ਉਹ ਸਰੂਪ ਇੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਕੋਈ ਵੱਡੇ ਸਮਾਗਮ ਹੁੰਦੇ ਹੈ ਉਹ ਸਰੂਪ ਜਿਹੜਾ ਆ ਉੱਥੇ ਸੰਗਤਾਂ ਦੇ ਦਰਸ਼ਨਾਂ ਲਈ ਦਿਖਾਇਆ ਜਾਂਦਾ ਦਰਸ਼ਨ ਕਰਾਏ ਜਾਂਦੇ ਹੈ ਸੋ ਬਹੁਤ ਵੱਡਾ ਇਤਿਹਾਸ ਹੈ ਉਹਨਾਂ ਦਾ ਕੱਲ੍ਹ ਦੇ ਜਿਹੜੇ ਸਮਾਗਮ ਚੱਲ ਰਹੇ ਹੈ ਰਾਤ ਤੱਕ ਚੱਲੇ ਸਵੇਰੇ 5 ਵਜੇ ਤੋਂ ਲੈ ਕੇ ਰਾਤ 12 ਅੱਜ ਵੀ ਜਿਹੜੇ ਸਮਾਗਮ ਹੈ ਨਿਰੰਤਰ ਜਾਰੀ ਹੈ ਸ਼ਾਮ ਨੂੰ ਕੀਰਤਨ ਦਰਬਾਰ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਹਜ਼ੂਰੀ ਰਾਗੀ ਹੈ ਉਹਨਾਂ ਨੇ ਇਸੇ ਸਥਾਨ 'ਤੇ ਹਾਜ਼ਰੀਆਂ ਭਰਨੀਆਂ ਅਤੇ ਸੰਗਤਾਂ ਨੂੰ ਉਹਨਾਂ ਨੇ ਬਾਬਾ ਦੀਪ ਸਿੰਘ ਦਾ ਜਿਹੜਾ ਇਤਿਹਾਸ ਹੈ ਉਸ ਇਤਿਹਾਸ ਤੋਂ ਜਾਣੂ ਕਰਵਾਉਣਾ।